ਸਲਾਰੀਆ ਜੀ ਬੰਬੇ ਉਹਦਾ ਬਿਜ਼ਨਸ ਆ, ਲੋਕ ਸਾਰੇ ਜਾਣਦੇ ਨੇ ਕਿੰਨੀਆਂ ਕਿੰਨੀਆਂ ਉਹਨੇ ਠੱਗੀਆਂ ਮਾਰੀਆਂ ਨੇ, ਕਿੰਨੀਆਂ ਕਿੱਦਾਂ ਕੀ ਉਹਦਾ ਇਤਿਹਾਸ ਹੈ। ਔਰ ਮੈਂ ਤਾਂ ਪਹਿਲੇ ਕਹਿੰਦਾ ਸੀ ਲੋਕਾਂ ਨੂੰ, ਹੁਣ ਪਤਾ ਲੱਗ ਰਿਹਾ ਮੋਦੀ ਵਪਾਰੀ ਵੱਡੇ ਵਪਾਰੀਆਂ ਦਾ, ਛੋਟੇ ਦੁਕਾਨਾਂ ਵਾਲਿਆਂ ਨੂੰ ਮਾਰ ਰਿਹਾ ਵੱਡਿਆਂ ਦਾ। ਉਹ 10,000 ਕਰੋੜ ਰੁਪਏ ਦਾ ਮਾਲਕ ਆ ਸਲਾਰੀਆ, ਔਰ ਮੈਂ ਇਹ ਨਹੀਂ ਕਹਿ ਸਕਦਾ ਕਿ ਪੈਸੇ ਦੇ ਕੇ ਲਿਆ, ਕਿਤੇ ਨਾ ਕਿਤੇ ਮੋਦੀ ਦੀ ਉਹਨੇ ਮਦਦ ਕੀਤੀ ਹੋਣੀ ਹੈ ਜਦੋਂ ਇਲੈਕਸ਼ਨ ਹੋਊ ਤਾਂ ਕਰਕੇ, ਨਹੀਂ ਤਾਂ ਕੋਈ ਕਾਰਨ ਨਹੀਂ ਬਣਦਾ। ਇਹ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਜਿਹੜੇ ਪਰਿਵਾਰ ਦਾ ਜੀ ਮੈਂਬਰ ਪਾਰਲੀਮੈਂਟ ਸੀ, ਮੈਂਬਰ ਪਾਰਲੀਮੈਂਟ ਸੀ, ਸੀਟ ਉਹਨਾਂ ਦੀ ਹੁੰਦੀ ਹੈ, ਉਹਨਾਂ ਨੂੰ ਦੇਣੀ ਚਾਹੀਦੀ ਸੀ। ਉਹਨਾਂ ਨਾਲ ਪਰਿਵਾਰ ਨਾਲ ਧੱਕਾ ਹੋਇਆ, ਸਾਡੀ ਹਮਦਰਦੀ ਹੈ, ਜਿੱਤ ਹਾਰ ਬਾਅਦ ਦੀਆਂ ਗੱਲਾਂ ਨੇ, ਪਰ ਗੁਰੂ ਮਹਾਰਾਜ ਦੀ ਕਿਰਪਾ ਹੋਈ ਤਾਂ ਦੁੱਖ 2 ਲੱਖ ਵੋਟ 'ਤੇ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ 'ਚ ਜਿੱਤੇਗੀ। ਮੈਂ ਸਮਝਦਾ ਕਿ ਮੋਦੀ ਉਹਨਾਂ ਦੀ ਪਾਰਟੀ ਆ ਭਾਈ ਆ ਜਾਏ, ਪਰ ਇੱਥੇ ਪੰਜਾਬ ਵਾਲੇ ਮੂੰਹ ਚੁੱਪੜ ਕੇ ਬੈਠਣਗੇ। ਹਾਂ, ਕੇਜਰੀ ਵਾਲੇ ਵੀ ਆ ਜਾਣ, ਬਹਿਨੋ ਭਾਈ ਦੋਨੋਂ ਕਹਿਣੇ ਵਾਲੇ ਨੇ, ਬਹਿਨੋ ਭਾਈ ਉਹ ਸਾਰੇ ਲਾਰੇ ਲਾਉਣ ਵਾਲੇ ਨੇ। ਨਾ ਉਹਦਾ 15 ਲੱਖ ਕਦੇ ਆਇਆ, ਮੋਦੀ ਦਾ 3.5 ਸਾਲ ਹੋ ਗਏ ਇੱਕ ਇੱਕ ਖਾਤੇ 'ਚ, ਅਤੇ ਉਹ ਵੀ ਗੱਲਾਂ ਬਾਤਾਂ ਦੀ ਚਾਹ ਦਲੀਲਾਂ ਦਾ, ਕੜਾ ਖਾਣ ਅਸਲੀਅਤ ਕੁਛ ਨਹੀਂ ਹੈ। 3 ਸਾਲ ਨਹੀਂ ਹੋਏ, 3.5 ਸਾਲ ਤੋਂ ਵੀ ਉੱਪਰ ਹੋ ਗਿਆ ਟਾਈਮ। ਮਨ ਕੀ ਬਾਤ, ਉਹ ਮਨ 'ਚ ਹੈ ਉਹਦੇ। ਔਰ ਮੈਨੂੰ ਇਉਂ ਲੱਗਦਾ ਕਿ ਕਿਤੇ ਪੰਜਾਬ ਦਾ ਕੋਈ ਪੰਗਾ ਨਾ ਕਿਸੇ ਨਾਲ ਪਵਾ ਦੇ। ਔਰ ਪੰਜਾਬ ਤਾਂ ਪਹਿਲਾਂ ਹੀ ਬੜਾ ਕੁਛ ਝੱਲ ਚੁੱਕਿਆ, ਇਸ ਕਰਕੇ ਇੱਥੇ ਕੇਵਲ ਅਤੇ ਕੇਵਲ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਵਪਾਰੀਆਂ ਨੂੰ, ਪੰਜਾਬ ਦੇ ਕਿਸਾਨ ਨੂੰ, ਪੰਜਾਬ ਦੇ ਭਵਿੱਖ ਨੂੰ ਇੱਕੋ ਹੀ ਕੇਵਲ ਅਤੇ ਕੇਵਲ ਆਸ ਹੈ, ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੂੰ ਅਜੇ 6 ਮਹੀਨੇ ਹੋਏ ਨੇ। 6 ਮਹੀਨੇ ਦਾ ਹਿਸਾਬ ਮੈਂ ਸਮਝਦਾ ਇੰਨਾ ਵਧੀਆ, ਇੰਨੀ ਵਧੀਆ ਪਰਫੋਰਮੈਂਸ ਹੈ, ਜਦੋਂ ਖਜ਼ਾਨਾ ਵੀ ਖਾਲੀ ਹੋਵੇ, 2 ਲੱਖ ਕਰੋੜ ਰੁਪਏ ਦਾ ਪੰਜਾਬ ਕਰਜ਼ਾਈ ਹੋਵੇ, ਔਰ ਇੱਕ ਖਜ਼ਾਨਾ ਖਾਲੀ ਨਹੀਂ, ਖਜ਼ਾਨੇ ਦਾ ਬਕਸਾ ਵੀ ਟੁੱਟਿਆ ਹੋਵੇ, ਸਾਰਾ ਕੁਛ ਹੋਵੇ, ਫਿਰ ਵੀ ਅੱਜ ਪੂਰੇ ਹਿੰਦੁਸਤਾਨ 'ਚ ਮੋਦੀ ਦੀਆਂ ਸਰਕਾਰਾਂ ਜਿੱਥੇ ਜਿੱਥੇ ਨੇ, ਨਾਲੇ ਉਹਨਾਂ ਦੀ ਸੈਂਟਰ ਸਰਕਾਰਾਂ, 50,000 ਰੁਪਏ ਤੋਂ ਵੱਧ ਕਿਸੇ ਨੂੰ ਮਾਫ਼ ਕੀਤਾ।